ਸਭ ਸੰਗਤ ਨੂੰ ਸਰ ਜੀ ਨੂੰ ਮੈਡਮ ਜੀ ਨੂੰ ਮੈਨੂੰ ਨਾ ਬਹੁਤ 2 ਮਹੀਨੇ ਤੋਂ ਬਹੁਤ ਮੈਨੂੰ ਘੱਟ ਸੁਣਦਾ ਸੀ ਮੈਨੂੰ ਸਮਝ ਨਹੀਂ ਲੱਗਦੀ ਹੁੰਦੀ ਘਰ ਵਾਲਾ ਮੇਰਾ ਆਵਾਜ਼ਾਂ ਮਾਰਦਾ ਤਾਂ ਮੈਨੂੰ ਨਹੀਂ ਸੁਣਦਾ ਹੁੰਦਾ ਤੇ ਮੈਨੂੰ ਅੱਜ ਤੁਸੀਂ ਮੈਡਮ ਜੀ ਨੇ ਜਦੋਂ ਸਿਰ ਤੇ ਹੱਥ ਸਾਰੇ ਗੁਨਾਹ ਜਾਏ ਦਿਲ ਸੇ ਨਿਕਲ ਸਾਰੇ ਗੁਨਾਹ ਜਾਏ ਦਿਲ ਸੇ ਨਿਕਲ ਰੱਖਿਆ ਮੈਨੂੰ ਪੂਰਾ ਸੁਣ ਲੱਗ ਗਿਆ ਸੁਣ ਲੱਗ ਗਿਆ ਵੀ ਮੈਨੂੰ ਪੂਰੇ ਬਚਨਾਂ ਦਾ ਵੀ ਨਹੀਂ ਪਤਾ ਲੱਗਦਾ ਕਹਾਂ ਸੇ ਕਹਾਂ ਤੱਕ ਆਪਕੋ 2 ਮਹੀਨੇ ਹੋ ਗਏ 2 ਮਹੀਨੇ 2 ਮਹੀਨੇ ਹੋ ਗਏ ਤੇ ਹਾਂਜੀ ਤੇ ਮੈਂ ਗੋ ਨਹੀਂ ਕਰ ਦਿੰਦੀ ਮੈਂ ਕੌਣ ਸੇ ਕੰਨ ਕੇ ਦੋਨੋਂ ਕੰਨ ਕੇ ਦੋਨਾਂ ਕੰਨਾਂ ਚੋਂ ਨਹੀਂ ਸੁਣਦਾ ਹੁੰਦਾ ਇੰਨਾ ਪੂਰਾ ਨਹੀਂ ਸੁਣਦਾ ਘੱਟ ਸੁਣਦਾ ਸੀ ਬਹੁਤ ਜ਼ਿਆਦਾ ਕਿੰਨੀ ਦੂਰ ਸੇ ਸੁਣਾਈ ਨਹੀਂ ਦਿੰਦਾ ਤਾਂ ਮੇਰੇ ਘਰ ਲੱਗ ਅਸੀਂ ਪਾਸ ਸੇ ਸੁਣਤਾ ਤਾਂ ਦੂਰ ਸੇ ਨਹੀਂ ਚੈੱਕ ਕਰੇ ਹਾਂਜੀ ਹਾਂ ਚੈੱਕ ਕਰਤੇ ਕਿਉਂਕਿ ਚੈੱਕ ਕਰਨਾ ਚਾਹੀਏ ਨਾ ਨਹੀਂ ਤਾਂ ਲੋਕ ਕਰਨਗੇ ਇਹ ਐਸੇ ਕਹਤੇ ਹੈ ਅਬ ਥੋੜਾ ਇਧਰ ਆ ਜਾਓ मैंने वर्ड चेंज किया था क्यों चेंज किया था क्योंकि ऐसा ना हो कि ये एक शब्द सुनने और मैं दूर चला जाऊं और ये सोचे वही बोल रहे होंगे क्योंकि तुक्का नहीं बोलो की है तुक्का नहीं बोलो की है तुक्के वाला काम नहीं है खुदा जी सच्चाई हाँ मैं वर्ड चेंज करता है बदलता क्योंकि मैं थोड़ा उदो कोल सी थे इन्होंने सुन लिया सी इसलिए मैं ज्यादा दूर जाके मैं शब्द चेंज करता मैं बोले मैंने पास से पूछा आपका नाम क्या मैंने सबसे दूर जाकर मैंने कहा आप कहां से आए वर्ड मैंने चेंज किया तारीफ करो उस परमेश्वर के यीशु ने छुले आए जदों दा जोर से तारीफ करो यीशु ने छुले आए जदों दा